ਇਹ ਜਿਹੜਾ ਨਾ ਆਪਣਾ 133 ਯੂਐਸ 133 ਦਾ ਅਸੀਂ ਯੂਜ਼ ਕਰ ਰਹੇ ਹਾਂ ਇਹ ਅਸੀਂ ਕਾਸ਼ ਵਾਸਤੇ ਅਸੀਂ ਇਹਨੂੰ ਪਿਓਰ ਕਾਸ਼ ਕਰਨਾ ਅਗਲੇ ਸਾਲ ਵੀ ਅਸੀਂ ਇਹ ਸੀਡ ਇਸਤੇਮਾਲ ਕਰਾਉਣਾ ਹੈਗਾ ਜ਼ਿੰਮੇਦਾਰਾਂ ਨੇ ਇਹਦੇ ਤੁਸੀਂ 2 ਤੋਂ 3 ਅੱਖਾਂ ਦੇ ਜਿਹੜੇ ਸਮੇਂ ਨਾ ਉਹ ਤਿਆਰ ਕਰਨੇ ਇਸ ਤਰ੍ਹਾਂ ਦੇ ਸਮੇਂ ਜ਼ਿਆਦਾ ਲੰਬੇ ਜਿਹੜੇ ਸਮੇਂ ਆ ਉਹ ਨਹੀਂ ਤੁਸੀਂ ਕੱਟਣੇ ਹੈਗੇ ਇਹਦੇ ਜਿਹੜੀ ਮਿਕਸ ਵਰਾਇਟੀ ਹੈ 234 ਪੁਰਾਣੀ ਵਰਾਇਟੀ ਆਪਣੇ ਕੋਲ ਪਹਿਲਾਂ ਹੀ ਕਾਸ਼ਟ ਹੋ ਰਹੀ ਹੈ ਇਹ ਜਿਹੜੀ ਹੈ ਇਹ ਤੁਸੀਂ ਬਾਹਰ ਕੱਢੀ ਜਾਣੀ ਇਹਨੂੰ ਅਲਹਿਦਾ ਯਾਨੀ ਕਿ ਬਾਹਰ ਕੱਢਣਾ ਵਿੱਚ ਮਿਕਸ ਨਹੀਂ ਕਿਉਂਕਿ ਅਗਲੇ ਸਾਲ ਫਿਰ ਇਸਤੇਮਾਲ ਹੋਣਾ ਤਾਂ ਅਸੀਂ ਪਿਓਰ ਸੀਡ ਇਸਤੇਮਾਲ ਕਰਨਾ ਵਾ ਪਿਓਰ ਸੀਡ ਜਿਹੜਾ ਨਾ ਇਹ ਅਸੀਂ ਇਹਦੇ ਵਾਸਤੇ ਅਸੀਂ 2 ਤੋਂ 3 ਅੱਖਾਂ ਦੇ ਜਿਹੜੇ ਨਾ ਉਹ ਤਿਆਰ ਕਰਨਾ ਇਹਨਾਂ ਨੂੰ ਕਾਸ਼ ਟਾਈਮ ਅਸੀਂ ਡੇਢਾ ਕਾਸ਼ ਕਰਨਾ ਵਾ ਯਾਨੀ ਕਿ ਸਵਾ ਕਾਸ਼ ਨਹੀਂ ਕਰਨਾ ਇਸ ਤਰ੍ਹਾਂ ਨਹੀਂ ਕਾਸ਼ ਕਰਨਾ ਇਸ ਤਰ੍ਹਾਂ ਅਸੀਂ ਇਹਨੂੰ ਡੇਢਾ ਇਸਤੇਮਾਲ ਕਰਨਾ ਵਾ ਇਸ ਤਰ੍ਹਾਂ ਬੀਜ ਪਾਉਣਾ ਠੀਕ ਹੈ ਇਹ ਦਿਖਾਇਓ ਤਾਂ ਸਾਹਿਬ ਇਹਨਾਂ ਨੂੰ ਜਿਹੜਾ ਨਾ ਇਹ ਕਾਸ਼ ਜਿਹੜੀ ਹੈ ਤੇ ਤੁਸੀਂ ਇਸ ਤਰ੍ਹਾਂ ਕਰਾਉਣਾ ਹੈ ਜੀ ਠੀਕ ਹੈ ਇਹ 2 ਸਮਿਆਂ ਦੇ ਦਰਮਿਆਨ ਵਿੱਚ ਇੱਕ ਸਮਾਂ ਹੋਵੇ ਇਸ ਤਰ੍ਹਾਂ ਹੋ ਗਏ ਠੀਕ ਹੈ ਜੀ ਯਾਨੀ ਕਿ ਇਹਨੂੰ ਤੁਸੀਂ ਇਸ ਤਰ੍ਹਾਂ ਸਵਾ ਨਹੀਂ ਇਸਤੇਮਾਲ ਕਰਨਾ ਇਸ ਤਰ੍ਹਾਂ ਨਹੀਂ ਇਹਨੂੰ ਸੀਡ ਪਾਉਣਾ ਹੈਗਾ ਸੀਡ ਕਾਸ਼ ਟਾਈਮ ਜਿਹੜਾ ਹੈਗਾ ਨਾ ਇਸ ਤਰ੍ਹਾਂ ਇਹਨੂੰ ਡੇਢਾ ਇਸਤੇਮਾਲ ਕਰਨਾ ਹੈ ਠੀਕ ਹੈ ਇਸ ਤਰ੍ਹਾਂ ਇਹਦੀ ਬਿਜਾਈ ਕਰਨੀ ਠੀਕ ਹੈ ਤੇ ਇਹ ਜਿਹੜਾ ਖੋਰੀ ਤੋਂ ਖਾਸ ਦੂਸਰਾ ਜਿਸ ਟਾਈਮ ਕਟਾਈ ਕਰ ਰਹੇ ਹਾਂ ਤੁਸੀਂ ਜਿਹੜਾ ਬੈਂਡ ਆ ਰਿਹਾ ਤੇ ਗੁਲਾਈ ਆ ਰਹੀ ਹੈ ਇਹਨੂੰ ਕੱਟਣਾ ਇਹਨੂੰ ਜਿਹੜਾ ਨਾ ਕਿਹੜਾ ਜਿਹੜਾ ਬੀਜ ਹੈ ਨਾ ਉਹ ਨਹੀਂ ਕੱਟਣਾ ਹੈਗਾ ਜਿੱਦਾਂ ਸਿੱਧਾ ਕਰਨਾ ਸਮੇਂ ਕਿਉਂਕਿ ਉਹ ਰੰਬੜ ਦੇ ਟਾਈਮ ਜਿਹੜਾ ਹੈਗਾ ਨਾ ਉਹ ਪੁੱਟ ਹੋ ਜਾਂਦਾ ਉੱਤੋਂ ਯਾਨੀ ਕਿ ਉਹ ਗੰਨੇ ਦੇ ਵਿੱਚੋਂ ਕਿੰਨੇ ਵਿੱਚੋਂ ਗੰਨਾ ਨਿਕਲ ਆਉਂਦਾ ਜੀ ਤੋਲੀ ਉਹ ਬਾਹਰ ਨਿਕਲ ਆਉਂਦੀ ਉਹ ਫਿਰ ਗੈਪ ਆ ਜਾਂਦਾ ਇਸ ਵਾਸਤੇ ਜਿਹੜਾ ਪਿਓਰ ਸਾਫ਼ ਸੀਡ ਤੁਸੀਂ ਇਹ ਜਿਹੜਾ ਹੈ ਤਿਆਰ ਕਰਨਾ ਬਿਜਾਈ ਵਾਸਤੇ ਠੀਕ ਹੈ ਜੀ ਚਲੋ ਜੀ